ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੇ ਪੰਜਾਬੀ ਇੰਡਸਟਰੀ ਦੇ ਉਸ ਸਰਦਾਰ ਆਰਟਿਸਟ ਦੀ ਜੋ ਆਪਣੀ ਸਰਦਾਰੀ ਦੇ ਲਈ ਜਾਣੇ ਜਾਂਦੇ ਨੇ ਤੇ ਇਸ ਦੇ ਨਾਲ ਹੀ ਉਹ ਆਪਣੀ ਸੋਹਣੀ ਜਿਹੀ ਪੱਗ ਦੇ ਲਈ ਜਾਣੇ ਜਾਂਦੇ ਨੇ ਜੀ ਮੈਂ ਗੱਲ ਕਰ ਰਹੀ ਹਾਂ ਇੰਦਰਜੀਤ ਨਿੱਕੂ ਦੇ ਬਾਰੇ ਜਿਹਨਾਂ ਦੇ ਪੰਜਾਬੀ ਇੰਡਸਟਰੀ ਦੇ ਵਿੱਚ ਅਸੀਂ ਕਈ ਗਾਣੇ ਕਈ ਸਾਲਾਂ ਤੋਂ ਇੰਜੋਏ ਕਰ ਰਹੇ ਹਾਂ ਤੇ ਉੱਥੇ ਉਹ ਕਈ ਫਿਲਮਾਂ ਦੇ ਵਿੱਚ ਵੀ ਸਾਨੂੰ ਨਜ਼ਰ ਆ ਚੁੱਕੇ ਨੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਾ ਕਮਾਲ ਗਾਣਿਆਂ ਦੇ ਨਾਲ ਇੰਥਰੋਲ ਕੀਤਾ ਜਿਵੇਂ ਕਿ ਮੁਮਤਾਜ਼ ਰੁੱਸਣ ਨੂੰ ਜੀ ਕਰਦਾ ਸਰਦਾਰੀ ਇਹ ਤਾਂ ਉਹਨਾਂ ਦੇ ਸਾਰੇ ਪੁਰਾਣੇ ਗੀਤ ਸੀ ਜਿਹਨਾਂ ਨੂੰ ਅਸੀਂ ਹਰ ਵਾਰ ਸੁਣਿਆ ਹੈ ਅਤੇ ਗਾਇਆ ਵੀ ਹੈ ਪਰ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹੈ ਕਿ ਇੰਦਰਜੀਤ ਨਿੱਕੂ ਲੈ ਕੇ ਆ ਰਹੇ ਨੇ ਆਪਣਾ ਇੱਕ ਹੋਰ ਸਿੰਗਲ ਟਰੈਕ ਜਿਸ ਦੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੈ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਗਾਣੇ ਦਾ ਅਫੀਸ਼ੀਅਲ ਪੋਸਟਰ ਉਹਨਾਂ ਦੇ ਵੱਲੋਂ ਸ਼ੇਅਰ ਕਰ ਦਿੱਤਾ ਗਿਆ ਹੈ ਸੋ ਹੁਣ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਸ ਗਾਣੇ ਦਾ ਐਕਚੁਅਲੀ ਟਾਈਟਲ ਹੈ ਕੀ ਤਾਂ ਮੈਂ ਤੁਹਾਨੂੰ ਦੱਸਦਾ ਕਿ ਇਸ ਸੌਂਗ ਦਾ ਟਾਈਟਲ ਹੈ ਪਟਿਆਲਾ ਸੂਟ ਜਿਸ ਦਾ ਅਫੀਸ਼ੀਅਲ ਪੋਸਟਰ ਵੀ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਹੈ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਪਟਿਆਲਾ ਸੂਟ ਦੀ ਤਾਰੀਫ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਸਾਨੂੰ ਇੰਦਰਜੀਤ ਨਿੱਕੂ ਇਸ ਪੋਸਟਰ ਦੇ ਵਿੱਚ ਸੌ ਫਿਰ ਝਲਕ ਪਾਉਂਦੇ ਇਸ ਪੋਸਟਰ 'ਤੇ ਸੌਂਗ ਦੇ ਪੋਸਟਰ ਨੂੰ ਤਾਂ ਤੁਸੀਂ ਦੇਖ ਲਿਆ ਹੁਣ ਅਸੀਂ ਗੱਲ ਕਰਦੇ ਸੌਂਗ ਦੇ ਕ੍ਰੈਡਿਟ ਸੀ ਅਤੇ ਇਸ ਗਾਣੇ ਨੂੰ ਲਿਖਿਆ ਗਿਆ ਸਤੀ ਖੋਕੇ ਵਾਲੀਆ ਦੇ ਵੱਲੋਂ ਉੱਥੇ ਸੌਂਗ ਦੀ ਮਿਊਜ਼ਿਕ ਡਾਇਰੈਕਸ਼ਨ ਨੂੰ ਕੀਤਾ ਗਿਆ ਜੱਸੀ ਬਰੋਸ ਦੇ ਵੱਲੋਂ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਟੀਮ JD ਦੇ ਵੱਲੋਂ ਅਤੇ ਹੁਣ ਮੈਂ ਇੱਥੇ ਵੀ ਤੁਹਾਨੂੰ ਦੱਸਣਾ ਚਾਹੁੰਦੀ ਕਿ ਇਸ ਗਾਣੇ ਨੂੰ ਬਹੁਤ ਜਲਦੀ ਰਿਲੀਜ਼ ਕਰ ਦਿੱਤਾ ਜਾਵੇਗਾ ਜਿੱਥੇ ਇਸ ਗਾਣੇ ਨੂੰ ਪ੍ਰੈਜੈਂਟ ਕੀਤਾ ਜਾ ਰਿਹਾ ਸਤੀ ਖੋਕੇ ਵਾਲੀਆ ਦੇ ਵੱਲੋਂ ਅਤੇ ਉੱਥੇ ਇਸ ਸੌਂਗ ਨੂੰ ਰਿਲੀਜ਼ ਕੀਤਾ ਜਾਵੇਗਾ ਟਿਪਸ ਮਿਊਜ਼ਿਕ ਲੇਬਲ ਦੇ ਅੰਡਰ ਔਨ 6th of February ਸੋ ਇਸ ਗਾਣੇ ਨੂੰ ਲੈ ਕੇ ਮੈਂ ਕਾਫੀ ਜ਼ਿਆਦਾ ਐਕਸਾਈਟਡ ਹੋ ਚੁੱਕੀ ਹਾਂ ਕਿਉਂਕਿ ਇਸ ਸਾਲ ਦਾ ਪਹਿਲਾ ਗਾਣਾ ਹੋਣ ਵਾਲਾ ਜੋ ਇੰਦਰਜੀਤ ਨਿੱਕੂ ਲੈ ਕੇ ਆ ਰਹੇ ਨੇ ਅਤੇ ਇਸ ਦੇ ਨਾਲ ਹੀ ਉਹ ਸਾਨੂੰ ਲਾਸਟ ਦਿਖੇ ਵੀ ਸੀ ਇੱਕ ਫਿਲਮ ਦੇ ਵਿੱਚ ਜਿੱਥੇ ਉਹਨਾਂ ਦੀ ਫਿਲਮ ਰਿਲੀਜ਼ ਹੋਈ ਸੀ ਡਿਸੰਬਰ ਦੇ ਮੰਥ ਦੇ ਵਿੱਚ ਜਿਸ ਦਾ ਟਾਈਟਲ ਸੀ ਜਾਨ ਤੋਂ ਪਿਆਰਾ ਅਤੇ ਹੁਣ ਇੰਦਰਜੀਤ ਨਿੱਕੂ ਲੈ ਕੇ ਆ ਰਹੇ ਨੇ ਆਪਣਾ ਸਿੰਗਲ ਟਰੈਕ ਜਿਸ ਨੂੰ ਸੁਣਨ ਦੇ ਲਈ ਅਤੇ ਦੇਖਣ ਦੇ ਲਈ ਮੈਂ ਕਾਫੀ ਜ਼ਿਆਦਾ ਐਕਸਾਈਟਡ ਹੋ ਚੁੱਕੀ ਹਾਂ ਕਿਉਂਕਿ ਕਾਫੀ ਸਮਾਂ ਹੋ ਚੁੱਕਿਆ ਕਿ ਉਹਨਾਂ ਨੇ ਆਪਣਾ ਕੋਈ ਸਿੰਗਲ ਟਰੈਕ ਰਿਲੀਜ਼ ਨਹੀਂ ਕੀਤਾ ਸੋ ਤੁਸੀਂ ਵੀ ਮੈਨੂੰ ਦੱਸਣਾ ਕਿ ਤੁਸੀਂ ਕਿੰਨੇ ਕਿ ਐਕਸਾਈਟਡ ਹੋ ਇੰਦਰਜੀਤ ਨਿੱਕੂ ਦੇ ਅਪਕਮਿੰਗ ਸੌਂਗ ਯਾਨੀ ਕਿ ਪਟਿਆਲਾ ਸੂਟ ਨੂੰ ਸੁਣਨ ਦੇ ਲਈ ਸੋ ਸਾਨੂੰ ਆਪਣੇ ਆਨਸਰਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗੱਭਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ